ਬਨਵਾਲੀ ਪੁਰ ਤੇ ਰਹਿਣ ਵਾਲੇ ਇਹੋ ਗੱਲ ਹੋਈ ਤੇ ਅੱਜ ਕਿਹੜੀ ਆ ਜਾਣ ਕੇ ਪੈਲੀ ਵਾਹਣ ਡੈ ਪਏ ਸੀ ਕੌਣ ਤੇ ਹੁੰਦਾ ਇਹ ਦਿਲਬਾਗ ਸਿੰਘ ਹੁਣੀ ਹੋਰ ਪੰਜ ਛੇ ਸੱਤ ਜਣੇ ਸੀ ਤੇ ਇਹਨਾਂ ਦੇ ਕੋਲ ਤਿੰਨ ਚਾਰ ਰਫਲਾਂ ਸੀ ਆ ਵੀਡੀਓ ਵੀ ਰਿਕਾਰਡ ਕੀਤੀ ਆ ਤੇ ਰਫਲ ਪੁਲਿਸ ਨੂੰ ਉਦੋਂ ਤੇ ਲੱਭੀ ਨਹੀਂ ਆ ਤੇ ਹੁਣ ਆਣ ਕੇ ਜਿਹੜੀ ਉਹਨਾਂ ਨੇ ਆਵੇ ਕੱਢੀ ਆ ਬੰਦੇ ਤਿੰਨ ਜਿਹੜੇ ਚੋਕੇ ਲੈ ਕੇ ਗਏ ਆ ਫਾਇਰ ਉਹਨਾਂ ਕੀਤੀ ਹਾਂਜੀ ਬਹੁਤ ਜ਼ਿਆਦਾ ਫਾਇਰ ਹੋਏ ਆ ਪਹਿਲਾਂ ਵੀ ਤਾਂ ਲੱਗੀ ਝਗੜਾ ਆ ਵੇਖੋ ਹਾਂਜੀ ਕੱਪੜੇ ਪਹਿਲਾਂ ਕਿੰਨੇ ਲੰਮੇ ਪੈ ਗਏ ਭਾਜੀ ਪਹਿਲਾਂ ਵੀ ਝਗੜਾ ਸੀ 307 ਦਾ ਪਰਚਾ ਸੀ ਉਹਦੇ ਤੇ ਸਾਲ ਹੋ ਗਿਆ ਅਜੇ ਤੱਕ ਅਰੈਸਟ ਨਹੀਂ ਹੋਇਆ ਅਸੀਂ ਜਾ ਕੇ ਕਹਿੰਦੇ ਰਹੇ ਪੁਲਿਸ ਨੂੰ ਕਿ ਅਰੈਸਟ ਕਰੋ ਅਰੈਸਟ ਕਰੋ ਅਜੇ ਤੱਕ ਉਹਦੀ ਚੰਡੀਗੜ੍ਹ ਜ਼ਮਾਨਤ ਉਹਨੇ ਲਾਈ ਸੀ ਪਰ ਜ਼ਮਾਨਤ ਨਹੀਂ ਉਹਦੀ ਹੋਈ ਉਹਦੇ ਆਰਡਰ ਜਿਹੜੇ ਉਹ ਤੁਹਾਨੂੰ ਦਿਖਾ ਦਿੰਦੇ ਹਾਂ ਜ਼ਮਾਨਤ ਉੱਥੋਂ ਵਾਲੇ ਜੱਜ ਨੇ ਤੱਕ ਨਹੀਂ ਕੀਤੀ ਬਿਲਕੁਲ ਧਮਕੀਆਂ ਦਿੰਦਾ ਸੀ ਤੇ ਬੜੇ ਥਾਂ ਇਹਨਾਂ ਦੇ ਉੱਤੇ ਉੱਥੇ ਵੀ ਕੇਸ ਲਾਏ ਹੋਏ ਆ ਚੰਡੀਗੜ੍ਹ ਵੀ ਚੱਲਣ ਡਿਆ ਸਾਡੇ ਕੋਲ ਨਹੀਂ ਬਿਲਕੁਲ ਨਹੀਂ ਪੁੱਛ ਰਿਹਾ ਇਹੀ ਆ ਵੇਖੋ ਦੋ ਬੱਚੇ ਹੁਣ ਹਾਰ ਕੇ ਮੈਂ ਉਹ ਕਿਸੇ ਦੇ ਘਰੇ ਘਲਾਏ ਆ ਤੇ ਦੋ ਬੱਚੇ ਉਹਨਾਂ ਦੇ ਮਗਰ ਵੀ ਭੱਜੇ ਭੁੱਜੇ ਆ ਬਿਲਕੁਲ ਖਤਰਾ ਤੁਹਾਨੂੰ ਆਪ ਹੀ ਦਿੰਦਾ ਜਿਹੜਾ ਸਾਡੇ ਪਿੰਡ ਆਣ ਕੇ ਗੋਲੀਆਂ ਚਲਾਉਣ ਡਿਆ ਤੇ ਖਤਰਾ ਤੇ ਫੇਰ ਹੀ ਤੇ ਅਸੀਂ ਜਿਹੜਾ ਵਾ ਤੇ ਜੇਕਰ ਕੁਝ ਤੇ ਪਹਿਲੀ ਆ ਤੇ ਇਹਨਾਂ ਨੇ ਜਿਹੜਾ ਵਾ ਮੇਰੇ ਮਤਲਬ ਘਰ ਵਾਲੇ ਨੂੰ ਵੀ ਮਾਰ ਦੇਣਾ ਇਹਨਾਂ ਨੇ ਤੇ ਛੋਟੇ ਛੋਟੇ ਮੇਰੇ ਬੱਚੇ ਆ ਤੇ ਮੈਂ ਪ੍ਰਸ਼ਾਸਨ ਅੱਗੇ ਉਹ ਅਪੀਲ ਕਰਦੀ ਹਾਂ ਕਿ ਜਿਹੜੀ ਉਹ ਸਾਡੀ ਹੈਲਪ ਕੀਤੀ ਜਾਵੇ ਧੱਕਾ ਨਾ ਹੋਵੇ ਸਾਡੇ ਨਾਲ ਇਹਨਾਂ ਨੇ ਪਹਿਲੀ ਵੀ ਜਿਹੜੀ ਸਾਡੇ ਤੋਂ ਖੋਹ ਲੈਣੀ ਆ 26.5 ਲੱਖ ਨੂੰ ਅਸੀਂ ਜਿਹੜੀ ਜ਼ਮੀਨ ਲਈ ਪਹਿਲਾਂ ਵੀ ਜਿਹੜਾ ਇਹਨਾਂ ਤੇ ਪਰਚਾ ਚੱਲਣ ਡਿਆ ਝਗੜਾ ਭਾਜੀ ਅਸੀਂ 2014 ਤੇ 15 ਦੇ ਵਿੱਚ ਜ਼ਮੀਨ ਲਈ ਇਹ ਜਿਹੜੇ ਢੋਟੀਆਂ ਦਾ ਇੱਕ ਹੈਗਾ ਵਿਅਕਤੀ ਦਿਲਬਾਗ ਸਿੰਘ ਇਹਨੇ ਲਿਆਣ ਕੇ ਵਿੱਚ ਝਗੜਾ ਪਾਤਾ ਕਿ ਇਹ ਕਹਿੰਦਾ ਮੈਂ ਵੀ ਲਈ ਬਸ ਇਹੋ ਹੀ ਰੱਟਾ ਚੱਲੀ ਜਾਂਦਾ ਸਾਡੇ ਨਾਲ ਇੰਤਕਾਲ ਹੋਏ ਆ ਬਕਾਇਦਾ ਅਸੀਂ ਲਿਮਟਾਂ ਤੱਕ ਬਣਾਈਆਂ ਤਾਂ ਵੀ ਇਹ ਵੇਖ ਲਓ ਪੈਲੀ ਦਾ ਕੋਈ ਕਿਸੇ ਬੰਨੇ ਨਹੀਂ ਕੋਈ ਗੱਲ ਚੱਲਣ ਡਈ ਜਦੋਂ ਇੱਥੇ ਵੇਖ ਲਓ ਪੈਲੀ ਇਸ ਤਰ੍ਹਾਂ ਹੀ ਅਦਾਲਤ ਤੇ ਛੱਡਿਆ ਕਿ ਚਲੋ ਅਦਾਲਤ ਫੈਸਲਾ ਕਰੂ ਇਹ ਆਣ ਕੇ ਇੱਥੇ ਚਲਾਕੀਆਂ ਕਰਦਾ ਅੱਗੇ ਮੇਰੇ ਗੋਲੀ ਮਾਰ ਗਿਆ ਤੇ ਮੈਂ ਉਦੋਂ ਇਹਨੂੰ ਸਾਲ ਭਰ ਇਹ ਤੇ ਪਰਚਾ ਕੱਟਿਆ ਰਿਹਾ 307 ਦਾ ਪੁਲਿਸ ਨੇ ਇਹਨੂੰ ਹੱਥ ਤੱਕ ਨਹੀਂ ਪਾਇਆ ਹੁਣ ਵੀ ਇਹਦੀ ਜ਼ਮਾਨਤ ਅਜੇ ਨਹੀਂ ਹੋਈ ਉਦਾਂ ਹੀ ਤੁਰਿਆ ਫਿਰਦਾ ਹੁਣ ਫਿਰ ਪੈਲੀ ਹੋਣ ਆ ਗਿਆ ਅੱਜ ਫਿਰ ਨਹੀਂ ਸਾਡੇ ਨਾਲ ਝਗੜਾ ਕਰਦਾ ਫਾਇਰ ਵੀ ਫਾਇਰ ਕੀਤੇ ਆ ਬੰਦੇ ਨਾਲ ਹੀ ਮੁੜ ਕੇ ਬੰਦੇ ਕੋ ਇੱਧਰ ਆਓ ਪੱਠਿਆਂ ਦਾ ਨਹੀਂ ਹੋ ਗਏ ਭੱਜ ਗਏ ਬੰਦੀ ਗੱਲ ਪ੍ਰੈਸ਼ਰ ਹੀ ਆ ਤੁਹਾਨੂੰ ਵੀ ਪਤਾ ਇਹ ਜੋ ਕੁਛ ਚੱਲਣ ਡਿਆ ਬੰਦੇ ਹੈਗੇ ਹੀ ਸਾਡੀ ਨਿਗਾਹ 6-7 ਬੰਦੇ ਹੋਣਗੇ 6 ਬੰਦੇ ਹੋਣਗੇ ਹਥਿਆਰ ਕਾਫੀ ਭਾਰਾ ਇੱਥੇ ਫਾਇਰ ਹੋਏ ਜਿਹਨਾਂ ਨੂੰ ਮਰਜ਼ੀ ਪੁੱਛ ਲਿਓ ਤੇ ਘੱਟ ਤੋਂ ਘੱਟ 3 ਹਥਿਆਰ ਹੋਣਗੇ ਵੱਖਰੇ ਵੱਖਰੇ ਹਥਿਆਰਾਂ ਦੇ ਨਾਲ ਗੋਲੀਆਂ ਚੱਲਣ ਡੀਆਂ ਹਾਂਜੀ ਪੁਲਿਸ ਬਾਅਦ ਚ ਆਈ ਹਾਂਜੀ ਗ੍ਰਿਫਤਾਰੀ ਵੀ ਕੀਤੀ ਗਈ ਗ੍ਰਿਫਤਾਰੀ ਹਾਂਜੀ ਹੋਈ ਆ ਸ਼ਾਇਦ ਉਹਨਾਂ ਦੀ ਹੋਈ ਤੇ ਪਰਚਾ ਹੈਗਾ ਹਾਂਜੀ ਅਸੀਂ ਬਹੁਤ ਵਾਰਾਂ ਜਾ ਕੇ ਕਿਹਾ ਵਾ ਕਿ ਉਹਨੂੰ ਅਰੈਸਟ ਕਰੋ ਅਰੈਸਟ ਕਰੋ ਉਦੋਂ ਤੇ ਪੁਲਿਸ ਨੇ ਹੱਥ ਨਹੀਂ ਪਾਇਆ ਤੇ ਜੇ ਉਦੋਂ ਹੱਥ ਪਾਇਆ ਹੁੰਦਾ ਤੇ ਆਹ ਕੰਮ ਹੁੰਦਾ ਹੀ ਹਾਂਜੀ ਅਸੀਂ ਤੇ ਇਹੋ ਚਾਹੁੰਦੇ ਇਨਸਾਫ਼ ਹੋਵੇ ਅਸੀਂ ਜ਼ਮੀਨ ਲਈ ਸਾਡੇ ਨਾਂ ਇੰਤਕਾਲ ਹੋਇਆ ਬਕਾਇਦਾ ਅਸੀਂ ਲਿਮਟਾਂ ਬਣਾਈਆਂ ਤੇ ਜੋ ਅਸਲੀਅਤ ਆ ਉਹ ਹੋਵੇ ਹੁਣ 21 ਬੰਦੇ ਦਾ ਹਾਲੀ ਬਸ ਥੋੜਾ ਹੋਈ ਜਾਣਾ 3 ਕਿੱਲੇ ਜ਼ਮੀਨ ਹੈ ਹਾਂ ਨਹੀਂ ਅਸੀਂ ਬੈ ਲਈ ਹਾਂਜੀ 14-15 ਚ ਇਹਦੀ ਜੇ ਰਜਿਸਟਰੀ ਹੈਗੀ ਬਾਅਦ ਦੀ ਰਜਿਸਟਰੀ ਹੈ ਇਹ ਵਿਖਾਉਂਦਾ ਨਹੀਂ ਅਜੇ ਤੱਕ ਇਹਨੇ ਪੇਸ਼ ਨਹੀਂ ਕੀਤੀ ਅੱਜ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਹਰਪਾਲ ਸਿੰਘ ਜਿਹੜਾ ਬਨਵਾਲੀਪੁਰ ਦਾ ਰਹਿਣ ਵਾਲੇ ਆ ਤੇ ਦਿਲਬਾਗ ਸਿੰਘ ਜਿਹੜਾ ਢੋਟੀਆਂ ਦੇ ਰਹਿਣ ਵਾਲੇ ਆ ਇਹਨਾਂ ਦਾ ਕੋਈ ਆਪਸ ਵਿੱਚ ਡਿਸਪਿਊਟ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਜਿਹਦੇ ਸੰਬੰਧ ਵਿੱਚ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਉਹ ਅਮਲ ਵਿੱਚ ਲਿਆ ਹਾਂਜੀ ਫਾਇਰਿੰਗ ਦੀ ਸਾਨੂੰ ਇਤਲਾਹ ਮਿਲੀ ਆ ਤਫਤੀਸ਼ ਕਰ ਰਿਹਾ ਜਿਹੋ ਜੋ ਵੀ ਮੌਕੇ ਦੇ ਹਾਲਾਤ ਪਾਏ ਗਏ ਇੱਕ ਦੂਜੇ ਦੇ ਖਿਲਾਫ਼ ਜੋ ਵੀ ਬਣਦੀ ਹੋਈ ਕਾਰਵਾਈ ਦਾ ਅਮਲ ਵਿੱਚ ਲਿਆ